ਤਰਨਤਾਰਨ ਪੁਲਿਸ ਨੇ ਇੱਕ ਵਿਅਕਤੀ ਨੂੰ 1 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ SPD ਤਿਲਕਰਾਜ ਨੇ ਦੱਸਿਆ ਕਿ ਪੁਲਿਸ ਨੇ ਨਾਕੇਬੰਦੀ ਦੇ ਸੂਚਨਾ ਦੇ ਆਧਾਰ ਤੇ ਇਸ ਨੌਜਵਾਨ ਦੀ ਗ੍ਰਿਫਤਾਰੀ ਕੀਤੀ ਹੈ। ਉਹਨਾਂ ਦੱਸਿਆ ਕਿ ਇਸ ਦੇ ਖਿਲਾਫ ਪਹਿਲਾਂ ਵੀ ਹੋਰ ਮਾਮਲੇ ਦਰਜ ਹਨ। ਦੋਸ਼ੀ ਦੀ ਪਹਿਚਾਣ ਬਲਜਿੰਦਰ ਸਿੰਘ ਉਰਫ ਹੈਪੀ ਵਾਸੀ ਪਿੰਡ ਲੱਦੋਵਾਲ ਥਾਣਾ ਕਰਿੰਡਾ ਵਜੋਂ ਹੋਈ ਹੈ। ਇਸ ਦੇ ਖਿਲਾਫ ਥਾਣਾ ਸਰਾਏ ਅਮਾਨਤ ਖਾਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇੰਸਪੈਕਟਰ CS ਸਟਾਫ ਅਤੇ ਉਸਦੀ ਪੁਲਿਸ ਪਾਰਟੀ ਨੇ ਪੁਲ ਭੂਸਾ ਮੋੜ ਥਾਣਾ ਸਰਾਏ ਮਾਨਤਖਾਂ 'ਤੇ ਨਾਕਾ ਲਾਇਆ ਸੀ, ਜਿੱਥੇ ਬਲਜਿੰਦਰ ਸਿੰਘ ਉਰਫ ਹੈਪੀ ਵਾਸੀ ਲੱਦੇਵਾਲ ਨੂੰ ਕਾਬੂ ਕਰਕੇ ਉਹਦੇ ਕਬਜ਼ੇ ਵਿੱਚੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਉੱਥੇ ਇੱਦਾਂ ਆਪਣੇ ਕੰਮ ਵਿੱਚ ਸਫਲਤਾ ਹਾਸਲ ਕੀਤੀ ਹੈ। ਦੋਸ਼ੀ ਕੋਲੋਂ ਕੁਝ ਪਹਿਲਾਂ ਵੀ ਇੱਕ FIR 302 ਦੇ ਅੰਡਰ ਦਰਜ ਹੈ। ਇਸ ਕੋਲ ਹੋਰ ਵੀ ਪੁੱਛਗਿੱਛ ਕਰਕੇ ਕੀ ਖੁਲਾਸੇ ਹੋਣ ਦੀ ਆਸ ਹੈ। ਨਹੀਂ, ਉਹ 302 ਦਾ ਪਰਚਾ ਦਰਜ ਹੈ। ਮੈਂ ਪਹਿਲਾਂ ਵੀ ਆਫਟਰ ਆਲ ਤਾਂ ਜਿਹੜੇ ਇੱਦਾਂ ਦੇ ਦੋਸ਼ੀ ਕੰਮ ਕਰਦੇ ਆ ਉਹ ਕਿਹੜੇ ਉਸੇ ਵੇਲੇ ਤਾਂ ਨਹੀਂ ਆ ਸ਼ੁਰੂ ਹੁੰਦੇ, ਉਹ ਆਫਟਰ ਪਹਿਲਾਂ ਤੋਂ ਹੀ ਹੁੰਦੇ ਆ, ਸਮਝੇ। ਇਹ ਪਹਿਲਾਂ ਵੀ ਇਸ ਤਰ੍ਹਾਂ ਦੇ ਮੈਟਰ ਦੇ ਵਿੱਚ ਕਈ ਵਾਰ ਇਹ ਭਗੌੜਾ ਹੋ ਚੁੱਕਾ। ਰਕਮ ਤੋਂ ਬਾਅਦ ਹੋਰ ਵੀ ਕਈ ਮੁਰੰਮਤ ਖੁਲਾਸੇ ਹੋਣ ਦੀ ਆਸ਼ਾ। ਤਰਨ ਤਾਰਨ ਤੋਂ ਜਸਬੀਰ ਸਿੰਘ ਲੱਡੂ ਦੀ ਰਿਪੋਰਟ, ਪੰਜਾਬ ਟੂਡੇ।